मोगा में चोरों के हौसले दिन प्रतिदिन बुलंद होते जा रहे हैं, जिसका ताजा मामला मोगा के अकालसर रोड और जीटी रोड पर सामने आया है, जहां चोरों ने दो दुकानों में चोरी की घटना को अंजाम देकर लगभग 1.25 लाख रुपयों की चोरी कर फरार हो गए। तो वहीं अकालसर रोड पर लगे सीसीटीवी कैमरे में ये घटना कैद हो गई है। इस दौरान दुकानदार ने बताया कि उसकी स्पेयर पार्ट्स की दुकान है। रात को 1 बजे के करीब 4 से 5 लोग कार में आए और लोहे की रॉड से शटर तोड़कर दुकान में से 40 से 50 हजार रुपयों का सामान उठाकर ले गए। तो वहीं मोबाइल की दुकान के मालिक को सुबह 4 बजे फोन पर सूचना मिली कि उनकी दुकान का शटर तोड़कर चोरी की गई है। जब उन्होंने दुकान पर आकर देखा तो दुकान में से कुछ नए, 2-3 पुराने फोन, फोन की एक्सेसरी और गले में पड़ी 800 रुपयों की नकदी चोरी हो गई थी। फिलहाल घटना की सूचना पुलिस को दे दी गई है। मोगा से हलचल के लिए निशी मनचंदा की रिपोर्ट। अमित नाम है। दुकान का की नाम है नारंगाट स्टोर। ਤੁਹਾਡੇ ਰਾਤ ਕੋਈ ਚੋਰੀ ਦੀ ਕਰਨਾ ਵਾਪਸੀ ਕੀ ਮਾਮਲਾ ਜੀ? ਜੀ ਰਾਤ ਨੂੰ 1 ਵਜੇ ਤੇ ਚੋਰੀ ਹੋਈ ਹੈ ਜੀ। ਸ਼ਟਰ ਸ਼ਟਰ ਤੋੜ ਕੇ ਗੱਡੀ ਤੇ ਆਏ ਸੀ 4-5 ਜਣੇ ਜੀ। ਇਹ ਕਿੰਨੇ ਨੁਕਸਾਨ ਹੋਇਆ? ਨੁਕਸਾਨ ਕੋਈ ਖਾਸ ਨਹੀਂ ਹੋਇਆ, ਥੋੜੇ ਬੋਤੇ ਗੱਲੇ ਜਿਹੜੀਆਂ ਸੀਗੇ। ਕਾਰ ਤੇ ਸੀਗੇ? ਕਾਰ ਤੇ ਜੀ। ਕਿੰਨੇ ਜਣੇ ਸੀਗੇ? 5 ਜਣੇ ਸੀਗੇ। ਸ਼ਟਰ ਕਾਹਦਾ ਤੋੜੇ ਜੀ? ਸੱਬਲ ਸੁੱਬਲ ਨਾਲ ਜੀ। ਵੀਰ ਜੀ ਮੈਂ ਇਹੀ ਗੱਲ ਕਹੂੰਗਾ ਜਿੱਦਾਂ ਤੁਸੀਂ ਸੀਸੀਟੀਵੀ ਦੇ ਵਿੱਚ ਦੇਖ ਚੁੱਕੇ ਹੋ, 4 ਬੰਦੇ ਆਏ ਨੇ, ਉਹਨਾਂ ਨੇ ਦੋਨੇ ਤਿੰਨੇ ਗਲੀਆਂ ਵੀ ਕਵਰ ਕੀਤੀਆਂ, ਕੁੱਤਿਆਂ ਨੂੰ ਵੀ ਕੁਛ ਨਾ ਕੁਛ ਪਾਉਂਦੇ ਰਹੇ ਆ। ਉਹਨਾਂ ਦੇ ਗੱਲਾਂ 'ਚ ਐਂ ਲੱਗਾ ਵੀ ਜਿਵੇਂ ਪਿਕਨਿਕ ਸਪੌਟ ਤੇ ਖੜੇ ਹੁੰਦੇ, ਉਹਨੂੰ ਐਂ ਲੱਗਦਾ ਵੀ ਅਸੀਂ ਚੋਰੀ ਵੀ ਕਰਨਾ। ਬੇਖੌਫ ਹੋ ਕੇ ਉਹਨਾਂ ਨੇ ਸੜਕ ਦੇ ਉੱਤੇ 20-25 ਮਿੰਟ ਲਾਏ ਹੈਗੇ ਆ। ਡਰ ਤਾਂ ਬਿਲਕੁਲ ਹੀ ਉਹ ਵਾਹਿਗੁਰੂ ਜਾਣੇ ਜੀ ਖਤਮ ਹੀ ਹੋਇਆ ਪਿਆ। ਪੜੋਸੀ ਆ ਤੇ ਸਾਡੇ ਤਾਂ ਕਈ ਵਾਰੀ ਦੋਵਾਂ ਦੇ ਇਕੱਠੇ 2-2 ਵਾਰੀ ਚੋਰੀਆਂ ਹੋਈਆਂ। ਸਾਡੀ ਐਂਟਰੀ ਕਰਕੇ ਇਹਨਾਂ ਦੀ ਦੁਕਾਨ ਤੇ ਚਲੇ ਗਏ, ਅਸੀਂ ਜਾਣੇ ਕੰਪਲੇਂਟ ਲਿਖਾਉਣੇ ਆ ਤੇ ਸਾਨੂੰ ਕੋਈ ਬੜਾ ਪ੍ਰੋਗਰੈਸ ਨਹੀਂ ਮਿਲਦਾ ਗਾ। ਠੀਕ ਹੈ ਵੀ ਅਸੀਂ ਆਪਦਾ ਇੱਕ ਫਰਜ਼ ਅਦਾ ਕਰਦੇ ਹਾਂ, ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਹੁੰਦੀ ਹੈ।